ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਜੀ ਤੇ ਪੰਜ ਸਿੰਘ ਸਹਿਬਾਨ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅੱਜ ਤੋਂ 40 ਸਾਲ ਪਹਿਲਾਂ 1 ਨਵੰਬਰ 1984 ਨੂੰ ਸਿੱਖ ਕੌਮ ਦਾ ਭਿਆਨਕ ਕਤਲੇਆਮ ਕੀਤਾ ਗਿਆ ਸਿੱਖ ਨਸਲਕੁਸ਼ੀ ਕੀਤੀ ਗਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਕਹਿ ਕੇ ਕਿ ਇੰਦਰਾ ਗਾਂਧੀ ਦਾ ਜਿਹੜਾ ਕਤਲ ਹੋਇਆ ਉਸ ਦੇ ਲਈ ਸਮੁੱਚੀ ਸਹਿਕੌਮ ਜ਼ਿੰਮੇਵਾਰ ਹੈ ਕਿਉਂਕਿ ਉਸ ਵੇਲੇ ਨਾਰੇ ਲਗਾਏ ਸੀ ਕਿ ਜਦ ਬڑا ਦਰਖਤ ਗਿਰਦਾ ਤਾਂ ਧਰਤੀ ਹਿੱਲਦੀ ਏ ਇਹ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਜਿਹੜੇ ਕੇਂਦਰਾ ਗਾਂਧੀ ਦੇ ਬੇਟੇ ਸੀ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਤੇ ਉਸ ਵੇਲੇ ਦੇਸ਼ ਦੀ ਰਾਜਧਾਨੀ ਦਿੱਲੀ ਕਾਂੜਪੁਰ ਬਕਾਰੋ ਹੌਂਦ ਚਿੱਲੜ ਰਿਆਸੀ ਜੰਮੂ ਕਸ਼ਮੀਰ ਤੇ ਪਤਾ ਨਹੀਂ ਕੋਨੇ-ਕੋਨੇ ਦੇ ਵਿੱਚ ਸਿੱਖਾਂ ਦਾ ਬਹੁਤ ਹੀ ਭਿਆਨਕ ਕਤਲੇਆਮ ਕੀਤਾ ਗਿਆ। ਹਰੇਕ ਰਾਜ ਦੇ ਅੰਦਰ ਸਿੱਖਾਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਗਿਆ। ਧੀਆਂ ਭੈਣਾਂ ਦੀ ਬੇਬਤੀ ਕੀਤੀ ਗਈ। ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਗਾਈਆਂ ਗਈਆਂ। ਗੁਰਦੁਆਰੇ ਢਾਏ ਗਏ। ਤੇ ਉਸ ਕਤਲੇਆਮ ਦੀ ਪੀੜਾ ਦੇ 40 ਸਾਲ ਪੂਰੇ ਹੋ ਜਾਣੇ 1 ਨਵੰਬਰ 1984 ਨੂੰ। ਇਸ ਵਾਰ 1 ਨਵੰਬਰ 1984 ਦਾ ਦਿਨ ਜਦੋਂ ਅਸੀਂ ਸ਼ਹੀਦਾਂ ਨੂੰ ਨਾਤਮਸਤਕ ਹੋ ਕੇ ਮਨਾ ਰਹੇ ਹੋਵਾਂਗੇ। ਤਾ ਉਥੇ ਬੰਦੀ ਛੋੜ ਦਿਵਸ ਦੇ ਨਾਲ-ਨਾਲ ਦੀਵਾਲੀ ਜਿਹੜੀ ਹੈ ਉਹ ਵੀ 1 ਨਵੰਬਰ ਨੂੰ ਆ ਰਹੀ ਹੈ ਮੇਰੀ ਪੰਜ ਸਿੰਘ ਸਹਿਬਾਨ ਜੀ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੌਮ ਦੇ ਨਾਮ ਇੱਕ ਆਦੇਸ਼ ਸੰਦੇਸ਼ ਜਾਰੀ ਕਰਨ ਕਿ ਇਹ ਜਿਹੜੀ ਪੀੜਾ ਹੈ ਇਹ ਜਿਹੜਾ ਦੁਖਦਾਇਕ ਪਲ ਸਨ ਜਿੰਨਾ ਪਲਾਂ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਸ ਵੇਲੇ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਤਾਂ ਇਹ ਦਿਨ ਅਸੀਂ ਜਦੋਂ ਮਨਾ ਰਹੇ ਹੋਈਏ ਤਾਂ ਉਸ ਵੇਲੇ ਆਤਿਸ਼ਬਾਜ਼ੀ ਜਾਂ ਇਸ ਤਰ੍ਹਾਂ ਦਾ ਵਿਖਾਵਾ ਨਾ ਸਾਡੇ ਵੱਲੋਂ ਹੋਵੇ ਜਿਸ ਦੇ ਨਾਲ ਸਾਡੇ ਉਹ ਪੀੜਤ ਪਰਿਵਾਰ ਹੋਰ ਦੁਖੀ ਹੋਣ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਸੋ ਇਸ ਸੰਬੰਧ ਵਿੱਚ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਅਸੀਂ ਅਲਰੀਡੀ ਆ 6 ਸਟੂਡੈਂਟਸ ਫੈਡਰੇਸ਼ਨ ਵੱਲੋਂ ਇੱਕ ਲੈਟਰ ਵੀ ਲਿਖ ਕੇ ਆਪ ਜੀ پاس ਭੇਜਿਆ ਸੋ ਮੇਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਕੋਈ ਇਸ ਤਰ੍ਹਾਂ ਦਾ ਕਿਉਂਕਿ ਪਰਾਤਨ ਜਿਹੜੀ ਇੱਕ ਸਾਡੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀਆਂ ਰੋਹ ਰੀਤਾ ਮੁਤਾਬਕ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਉਸ ਦੇ ਨਾਲ ਨਾਲ ਅਸੀਂ ਕੌਮ ਦੇ ਅੰਦਰ ਜਿਹੜੀ ਸਾਡੇ ਉੱਤੇ ਇੱਕ ਤਰਾਸ ਦੀ ਵਾਪਰੀ ਜਿਹੜਾ ਐਡਾ ਵੱਡਾ ਭਿਆਨਕ ਕਤਲੇਆਮ ਹੋਇਆ ਜਿਹੜੀ ਨਸਲਕੁਸ਼ੀ ਕੀਤੀ ਗਈ ਉਸ ਸਬੰਧ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਪ੍ਰੋਗਰਾਮ ਅਲਿਖਿਆ ਜਾ ਸਕੇ ਤਾਂ ਕਿ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿਉਂਕਿ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਉਹ ਲੋਕ ਰਾਮਨ ਨੂੰ ਅੱਜ ਤੱਕ ਨਹੀਂ ਭੁੱਲੇ ਤੇ ਉਸ ਦੇ ਪੁੱਤਲੇ ਜਿਹੜੇ ਆ ਉਹ ਜਲਾਏ ਜਾਂਦੇ ਆ ਦਸਹਿਰਾ ਮਨਾਇਆ ਜਾਂਦਾ ਪਰ ਜਿਹੜੇ ਰਾਵਣ ਸਾਡੀਆਂ ਅੱਖਾਂ ਦੇ ਸਾਹਮਣੇ ਅੱਜ ਵੀ ਸਿੱਖਾਂ ਦੀ ਨਸਲਕੁਸ਼ੀ ਕਰਕੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਅਜੇ ਤੱਕ ਸਜਾਵਾਂ ਨਹੀਂ ਮਿਲੀਆਂ ਉਹ ਚਾਹੇ ਜਗਦੀਸ਼ ਟਾਈਟਲਰ ਹੋਵੇ ਚਾਹੇ ਉਹ ساری ਬਰਗੇਡ ਹੋਵੇ ਜਿਸ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਤਾਂ ਸਿੱਖ ਕੌਮ ਜਿਹੜੀ ਏ ਉਸ ਦੇ ਅੱਲੇ ਜ਼ਖਮਾਂ ਦੇ ਉੱਤੇ ਭਾਰਤ ਸਰਕਾਰ ਤਾਂ ਮਲਮ ਨਹੀਂ ਲਗਾ ਸਕੀ ਲੇਕਨ ਘਟੋ ਘਟ ਜਿਹੜੀ ਸਿੱਖ ਕੌਮ ਦੀ ਮੇਨ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਔਰ ਸਾਡੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਉਹ ਜ਼ਰੂਰ ਇਸ ਬਾਰੇ ਕੋਈ ਠੋਸ ਨਿਰਣਾ ਲੈ ਕੇ ਕੌਮ ਨੂੰ ਇੱਕ ਦਿਸ਼ਾ ਦੇਵੇ ਤਾਂ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕੀਏ ਉਹਨਾਂ ਦਾ ਸ਼ਹਾਦਤ ਦਾ ਦਿਨ ਜਿਹੜਾ ਉਹ ਵੀ ਮਨਾ ਸਕੀਏ ਤੇ ਬੰਦੀ ਛੋਟ ਦਿਵਸ ਨਵੀਂ ਉਸਤੰਗ ਦੇ ਨਾਲ ਬਣਾ ਸਕੀਏ ਕਿਉਂਕਿ ਬੰਦੀ ਸਿੰਘ ਜਿਹੜੇ ਆ ਉਹ ਵੀ ਸਾਡੇ ਜੇਲ੍ਹਾਂ ਵਿੱਚ ਬੰਦ ਨੇ ਕੇਂਦਰ ਦੀ ਹਕੂਮਤ ਜਾਂ ਰਾਜ ਦੀਆਂ ਹਕੂਮਤਾਂ ਉਹ ਵੀ ਸਾਨੂੰ ਨਿਆਂ ਨਹੀਂ ਦੇ ਰਹੀਆਂ ਲੰਮੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਬੰਦੀ ਸਿੰਘਾਂ ਦਾ ਔਰ ਅੱਜ ਵੀ ਸਾਡੇ ਕੌਮੀ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਲਖਵਿੰਦਰ ਸਿੰਘ ਸਮੇਤ ਕਈ ਚਲੋ ਕੁਝ ਜਮਾਨਤਾ ਦੇ ਬਾਹਰ ਵੀ ਆ ਗਏ ਭਾਈ ਗਰਮੀਰ ਸਿੰਘ ਭਾਈ ਸ਼ਮਸ਼ੇਰ ਸਿੰਘ ਤੇ ਕਈ ਹੋਰ ਯੋਧੇ ਜਿਹੜੇ ਅਜੇ ਵੀ ਜੇਲਾਂ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਲਈ ਵੀ ਅਸੀਂ ਇੱਕ ਇੱਕ ਵੱਡਾ ਸਨੇਹਾ ਜਿਹੜਾ ਉਹ ਹਕੂਮਤ ਨੂੰ ਦੇ ਸਕੀਏ ਇਹ ਮੇਰੀਆਂ ਬੇਨਤੀਆਂ ਨੇ